Inspire Punjab TV ਤੇ ਤੁਹਾਡਾ ਸਭ ਦਾ ਸਵਾਗਤ ਹੈ ਮਾਨਸਾ ਵਾਲਾ ਪ੍ਰਵਿੰਦਰ ਸਿੰਘ ਝੋਟਾ ਇਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਕਿਸੇ ਔਰਤ ਦੇ ਨਾਲ ਲੜਾਈ ਕਰਦੇ ਨਜ਼ਰ ਆ ਰਹੇ ਨੇ ਤਾਂ ਐਸੇ ਦੀ ਸਬੰਧ ਵਿੱਚ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਇੱਕ ਪੋਸਟ ਸ਼ੇਅਰ ਕੀਤੀ ਆ ਜੋ ਕਿ ਬੂਟਾ ਸਿੰਘ ਕੋਲੀ ਦੀ ਲਿਖੀ ਆ ਜਿਹਦੇ ਵਿੱਚ ਲਿਖਦੇ ਆ ਆ ਝੋਟੇ ਵਰਗੇ ਡੰਗਰ ਐਵੇਂ ਹੀ ਠੀਕ ਆਉਣਗੇ ਕਮਾਲ ਦੀ ਗੱਲ ਆ ਕਿ ਕਿਸੇ ਦੇ ਘਰ ਵਿੱਚ ਮੂੰਹ ਚੁੱਕ ਕੇ ਵੜ ਜਾਂਦੇ ਆ ਕਿਸੇ ਨੂੰ ਵੀ ਕੁੱਟ ਦੇਣਾ ਦੂਜੇ ਉਹ ਵੇਲੜ ਲੋਕ ਜੋ ਸਭ ਪਾਸਿਓਂ ਨਕਾਰੇ ਹੋਏ ਤੇ ਧਰਮ ਦੇ ਬਾਣੇ ਪਾ ਕੇ ਲੋਕਾਂ ਨੂੰ ਕੁੱਟਦੇ ਮਾਰਦੇ ਆ ਉਹਨਾਂ ਨੂੰ ਨੱਥ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਜਿਹੜੇ ਪਿੰਡ ਵਿੱਚ ਜਾ ਕੇ ਗੁੰਡਾਗਰਦੀ ਕਰਦੇ ਆ ਉਹ ਪਿੰਡ ਇਕੱਠਾ ਹੋ ਕੇ ਵਿਰੋਧ ਕਰੇ ਤੇ ਕਾਨੂੰਨ ਦੀ ਸਹਾਇਤਾ ਲਵੇ ਨਾ ਤਾਂ ਇਹ ਨਸ਼ੇ ਛਡਵਾਉਂਦੇ ਆ ਤੇ ਨਾ ਹੀ ਇਹਨਾਂ ਨੂੰ ਕਿਸੇ ਕੌਮ ਦਾ ਫਿਕਰ ਹੈ ਇਹਨਾਂ ਦੀ ਕਮਾਈ ਦਾ ਸਾਧਨ ਹੈ ਕਰਕੇ ਨਸ਼ਾ ਤੇ ਸਾਰਾ ਦਿਨ ਨਸ਼ੇ ਵਿਰੋਧੀ ਪਕਾਈ ਮਾਰਨੀ ਸੌਖੀ ਗੱਲ ਨਹੀਂ ਬੁੱਟਾ ਸਿੰਘ ਕੋਲੀ ਤਾਂ ਇਹ ਪੋਸਟ ਜੋ ਕਿ ਬੂਟਾ ਸਿੰਘ ਕੂਲੀ ਦੀ ਪਰਵਿੰਦਰ ਸਿੰਘ ਝੋਟਾ ਜੋ ਕਿ ਮਾਨਸਾ ਦੇ ਰਹਿਣ ਵਾਲੇ ਨੇ ਇਹਨਾਂ ਦੇ ਸਬੰਧ ਵਿੱਚ ਲਿਖੀ ਹੈ ਇਸ ਪੋਸਟ ਦੇ ਸਬੰਧ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ